ਸਤਿ ਸ਼੍ਰੀ ਅਕਾਲ ਜੀ, ਮੈਂ ਰਘਵੀਰ ਸਿੰਘ, ਆਪ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕਰਦਾ ਹੋਇਆ ਕੁਛ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਕਿ ਇਸ ਸਮੇਂ ਕਰੋਨਾ ਦੀ ਜੋ ਮਹਾਂਮਾਰੀ ਪਿਛਲੇ ਤਕਰੀਬਨ ਅਸੀਂ 1 ਸਾਲ ਤੋਂ ਇਹਨੂੰ 1.5 ਸਾਲ ਤੋਂ ਚੱਲ ਰਹੇ ਹਾਂ, ਉਹ ਇਸ ਵੇਲੇ ਪੂਰੇ ਜ਼ੋਰ 'ਤੇ ਹੈ। ਇਸ ਗੱਲ ਤੋਂ ਬਚਾਅ ਕਰਨ ਵਾਸਤੇ ਜ਼ਰੂਰੀ ਆ ਕਿ ਪਹਿਲਾਂ ਤਾਂ ਰੱਬ ਨੇ ਸਾਨੂੰ ਇਹ ਦਿੱਤੀ ਗੱਲ ਕਿ ਅਸੀਂ ਖੁਦ ਆਪਣਾ ਬਚਾਅ ਕਰ ਲਈਏ। ਦੂਜੇ ਨੰਬਰ 'ਤੇ ਜਦੋਂ ਅਸੀਂ ਸੀਰੀਅਸ ਹੁੰਦੇ ਹਾਂ ਫਿਰ ਅਸੀਂ ਡਾਕਟਰ ਕੋਲ ਜਾਂਦੇ ਹਾਂ, ਜਦੋਂ ਅਸੀਂ ਦੋਨੋਂ ਚੀਜ਼ਾਂ ਨੂੰ ਮਿਸ ਕਰ ਦਿੰਦੇ ਹਾਂ ਫਿਰ ਤਾਂ ਪਰਮਾਤਮਾ ਹੀ ਸਾਡਾ ਰਾਖਾ ਹੁੰਦਾ। ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਰੋਨਾ ਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਅਤੇ ਹੋ ਰਹੇ ਨੇ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭਾਵਿਤ ਹੋਣਾ ਇਸ ਤੋਂ, ਪਰ ਗੱਲ ਹੈਗੀ ਇਹ ਕਿ ਅਸੀਂ ਇਸ ਬਿਮਾਰੀ ਤੋਂ ਕਿੱਦਾਂ ਬਚਣਾ ਅਤੇ ਆਪਣੀ ਜਿਹੜੀ ਇਮਿਊਨਿਟੀ ਨੂੰ ਜੇ ਸਟਰੋਂਗ ਰੱਖਾਂਗੇ, ਖਾਣਾ ਪੀਣਾ ਠੀਕ ਰੱਖਾਂਗੇ ਤਾਂ ਬਚ ਸਕਦੇ ਹਾਂ। ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਮੈਂ ਵੀ ਮਾਰਚ ਦੇ ਪਹਿਲੇ ਹਫ਼ਤੇ 'ਚ ਪੋਜ਼ਿਟਿਵ ਹੋ ਗਿਆ ਸੀ, ਕਰੋਨਾ ਪੋਜ਼ਿਟਿਵ, ਪਰ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਛ ਬਚਾਅ ਹੋ ਗਿਆ। ਇੱਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਆਪਣੀ ਇਮਿਊਨਿਟੀ ਨੂੰ ਬੂਸਟ ਰੱਖਣ ਵਾਸਤੇ ਚੰਗਾ ਖਾਣਾ, ਚੰਗਾ ਲਿਕੁਇਡ ਬਹੁਤ ਜ਼ਰੂਰੀ ਆ। ਮੈਂ ਪਿਛਲੇ 4 ਸਾਲਾਂ ਤੋਂ ਕੁਛ ਫੂਡ ਸਪਲੀਮੈਂਟ ਯੂਜ਼ ਕਰ ਰਿਹਾ ਜਿਹਦੇ ਨਾਲ ਮੇਰੀ ਜਿਹੜੀ ਰਿਕਵਰੀ ਸੀਗੀ ਉਹ ਬਹੁਤ ਜ਼ਿਆਦਾ ਫਾਸਟ ਹੋਈ। ਮੈਨੂੰ ਲੱਗਦਾ ਨਹੀਂ ਸੀਗਾ ਕਿ ਮੈਂ 10 ਦਿਨਾਂ ਦੇ ਵਿੱਚ ਫਿਰ ਆਪਣੀ ਲਾਈਫ ਦੇ ਵਿੱਚ ਐਕਟਿਵ ਹੋ ਕੇ ਕੰਮ ਕਰਨੇ ਸ਼ੁਰੂ ਕਰਦਾਂਗਾ। ਆਰਟ ਲਾਈਫ ਦੇ ਪ੍ਰੋਡਕਟ ਬਹੁਤ ਹੀ ਜ਼ਬਰਦਸਤ ਪ੍ਰੋਡਕਟ ਆ ਜਿਹਦੇ ਵਿੱਚ ਆਪਣੀ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ, ਉਸ ਤੋਂ ਇਲਾਵਾ ਹਰ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਵਾਸਤੇ, ਤੀਜੇ ਨੰਬਰ 'ਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਮਲਟੀ ਵਿਟਾਮਿਨਸ ਹੈਗੇ ਨੇ ਜਾਂ ਹੋਰ ਜਿਹੜੀ ਸਾਨੂੰ ਫੂਡ ਸਪਲੀਮੈਂਟ ਚਾਹੀਦੇ ਆ ਉਹ ਇਹਦੇ ਵਿੱਚ ਹੈਗੇ ਨੇ, ਅਤੇ ਮੈਂ ਉਹਨਾਂ ਦੀ ਭਰਪੂਰ ਮਾਤਰਾ ਦੇ ਵਿੱਚ ਉਹਨਾਂ ਦਾ ਪ੍ਰਯੋਗ ਕੀਤਾ ਅਤੇ 10-12 ਦਿਨਾਂ ਦੇ ਵਿੱਚ ਮੈਂ ਫਿਰ ਆਪਣੀ ਲਾਈਫ ਦੇ ਵਿੱਚ ਮੁੜ ਕੇ ਐਕਟਿਵ ਹੋ ਗਿਆ। ਅਤੇ ਮੈਂ ਆਪਣੇ ਇਹ ਜਿਹੜੇ ਪ੍ਰੋਡਕਟ ਨੇ ਤੁਹਾਡੇ ਨਾਲ ਇੰਟਰੋਡਿਊਸ ਕਰਨਾ ਚਾਹੁੰਦਾ। ਇੱਕ ਮੈਂ ਜਨਰਲ ਜਿਹੜਾ ਸਾਡਾ ਡਰਿੰਕ ਹੈਗਾ ਚਾਹ ਦੀ ਜਗ੍ਹਾ 'ਤੇ ਇੱਕ ਕੇਜ਼ਲ ਆ, ਬੇਰੀਜ਼ ਕੇਜ਼ਲ, ਇਹਦੇ ਵਿੱਚ ਚੀਆ ਸੀਡਸ, ਬੇਰੀਜ਼ ਕੇਜ਼ਲ ਆ, ਇਹ ਰਸ਼ੀਅਨ ਫੂਡ ਡਰਿੰਕ ਆ। ਇਹਦੇ ਨਾਲ ਅਸੀਂ ਡੇਲੀ ਲਾਈਫ ਆਪਣੀ ਜਿਹੜੀ ਹੈਗੀ ਆ ਸਵੇਰ ਦਾ ਜਿਹੜਾ ਹੈਗਾ ਆਪਣੀ ਲਾਈਫ ਨੂੰ ਸ਼ੁਰੂ ਕਰ ਸਕਦੇ ਹਾਂ। ਇਸ ਤੋਂ ਇਲਾਵਾ 2-3 ਪ੍ਰੋਡਕਟ ਜੋ ਮੈਂ ਯੂਜ਼ ਕੀਤੇ ਨੇ ਕਾਫੀ ਵਧੀਆ ਇਹਨਾਂ ਦੇ ਰਿਜ਼ਲਟ ਸੀਗੇ, ਜਿਸ ਤਰ੍ਹਾਂ ਇਹ ਪਲਮੋ ਕਲੀਨਜ਼ਰ, ਇਹ ਸਾਡੀ ਜਿਹੜੀ ਪਲਮਰੀ ਸਿਸਟਮ ਹੈਗਾ ਆ ਉਹਨੂੰ ਠੀਕ ਰੱਖਣ ਵਾਸਤੇ ਬਹੁਤ ਮਦਦ ਕਰਦਾ, ਅਤੇ ਨਾਲ ਹੀ ਇਹ ਸੁਪਰ ਸ਼ੀਲਡ ਐਕਟਿਵ ਹੈ, ਸੁਪਰ ਪ੍ਰੋਡਕਟ ਆ, ਇਹ ਸਾਡੀ ਇਮਿਊਨਿਟੀ ਨੂੰ ਬੂਸਟ ਰੱਖਦਾ। ਅਤੇ ਇਹ ਪਰਸੀ ਫਿਨਿਆ ਤਰ੍ਹਾਂ ਤਰ੍ਹਾਂ ਦੀ ਜਿਹੜੀ ਇਨਫੈਕਸ਼ਨ ਹੈਗੀ ਸਾਡੀ ਬੋਡੀ ਦੇ ਵਿੱਚ ਉਹਨੂੰ ਇਹ ਧੋ ਦਿੰਦਾ। ਬਹੁਤ ਹੀ ਜ਼ਿਆਦਾ ਵਧੀਆ ਪ੍ਰੋਡਕਟ ਆ। ਇਹਦੇ ਨਾਲ ਹੀ ਇਹ ਸੈਟਰਾ ਕੰਪਲੈਕਸ ਆ, ਜਿਹੜੀਆਂ ਸਾਡੇ ਬੋਡੀ ਦੇ ਵਿੱਚ ਵਾਇਰਸ ਅਤੇ ਬੈਕਟੀਰੀਆ ਸਾਨੂੰ ਅਸਰ ਕਰਦੇ ਆ ਉਹਨਾਂ ਵਾਸਤੇ ਇਹ ਬਹੁਤ ਹੀ ਜ਼ਬਰਦਸਤ ਪ੍ਰੋਡਕਟ ਆ। ਬਹੁਤ ਹੀ ਇਹਦੇ ਅੱਛੇ ਰਿਜ਼ਲਟ ਆ, ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਸਾਡੇ ਨਾਲ ਲੋਕ ਜੁੜੇ ਹੋਏ ਯੂਜ਼ ਕਰਦੇ ਆ। ਅਤੇ ਜਨਰਲ ਜੇ ਅਸੀਂ ਗੱਲ ਕਰੀਏ ਵਿਟਾਮਿਨ ਦੀ, ਡਿਸਕਵਰੀ ਜੁਨੀ ਅਸੀਂ ਯੂਜ਼ ਕਰਦੇ ਹਾਂ, ਅਤੇ ਮੈਂ ਆਪ ਸਭ ਨੂੰ ਵੀ ਰਿਕੁਐਸਟ ਕਰਦਾ ਕਿ ਆਪਣੀ ਇਮਿਊਨਿਟੀ ਨੂੰ ਬੂਸਟ ਰੱਖੋ। ਅਤੇ ਇਸ ਦੇ ਨਾਲ ਹੀ ਜੇ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਆਉਂਦੀ ਹੈਗੀ ਆ ਤਾਂ ਉਹ ਸਾਡੇ ਨਾਲ ਵੀ ਸ਼ੇਅਰ ਕਰ ਸਕਦੇ ਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵਧੀਆ ਤਰੀਕੇ ਨਾਲ ਉਸ ਚੀਜ਼ ਦਾ ਹੱਲ ਹੋਵੇ। ਇਸ ਵੀਡੀਓ ਦੇ ਐਂਡ ਵਿੱਚ ਅਸੀਂ ਪੂਰੇ ਲਿੰਕ ਦੇਵਾਂਗੇ ਕਿ ਤੁਸੀਂ ਜਿਹੜਾ ਪ੍ਰੋਡਕਟ ਹੈਗੇ ਆ ਉਹ ਕਿਸ ਤਰ੍ਹਾਂ ਯੂਜ਼ ਕਰਨੇ ਆ ਅਤੇ ਕਿਸ ਤਰ੍ਹਾਂ ਕਿੱਥੋਂ ਤੁਸੀਂ ਖਰੀਦ ਸਕਦੇ ਆ। ਮੇਰੀ ਸਭ ਦੀ ਅਰਦਾਸ ਹੈ ਕਿ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਅਤੇ ਇਸ ਮਹਾਂਮਾਰੀ ਤੋਂ ਅਸੀਂ ਇਕੱਠੇ ਹੋ ਕੇ ਬਚ ਸਕੀਏ। ਥੈਂਕ ਯੂ।